ਹੁਣ ਆਨਲਾਈਨ ਚਲਾਨ ਤੋਂ ਬਚਣ ਦੇ ਲਈ ਵਾਹਨ ਚਾਲਕਾਂ ਦੇ ਵੱਲੋਂ ਨਵੇਂ-ਨਵੇਂ ਜੁਗਾਰ ਲਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਇਹ ਚਲਾਨ ਸ਼ੁਰੂ ਕੀਤੇ ਗਏ ਨੇ ਜਗ੍ਹਾ-ਜਗ੍ਹਾ ਤੇ ਉੱਤੇ ਕੈਮਰੇ ਲਗਾਏ ਗਏ ਨੇ ਉੱਥੇ ਹੀ ਵਾਹਨ ਚਾਲਕਾਂ ਦੇ ਵੱਲੋਂ ਵੀ ਨਵੀਆਂ ਸਕੀਮਾਂ ਲਗਾਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਨਵੇਂ-ਨਵੇਂ ਵਾਹਨ ਚਾਲਕ ਜੁਗਾਰ ਲਗਾ ਰਹੇ ਨੇ ਤਾਂ ਜੋ ਉਹਨਾਂ ਦੇ ਇਹ ਚਲਾਨ ਘੱਟ ਤੱਕ ਨਾ ਪਹੁੰਚ ਤੁਹਾਨੂੰ ਦੱਸਦੀ ਹੈ ਕਿ ਬਿਹਾਰ ਵਿੱਚ ਸੜਕ ਹਾਦਸਿਆਂ ਦੇ ਚਲਦੇ ਲਗਾਤਾਰ ਮਾਮਲੇ ਵਧਦੇ ਹੋਏ ਨਜ਼ਰ ਆ ਰਹੇ ਸੀ ਜਿਸ ਨੂੰ ਘਟਾਉਣ ਦੇ ਲਈ ਵਿਭਾਗ ਦੇ ਵੱਲੋਂ ਖਤਰਨਾਕ ਥਾਵਾਂ ਦਾ ਨਿਰਿਖਣ ਕਰਨ ਤੋਂ ਬਾਅਦ NH ਅਤੇ SH ਅਤੇ ਪਿੰਡੂ ਸੜਕਾਂ ਤੇ ਇੱਕ ਤੋਂ 10 ਕਿਲੋਮੀਟਰ ਤੱਕ ਆਟੋਮੈਟਿਕ ਕੈਮਰਾ ਲਗਾਏ ਜਾ ਰਹੇ ਹਨ ਪਰ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਸੜਕ ਸੁਰੱਖਿਆ ਦੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਆਪਣੀ ਵਾਹਨਾਂ ਦੀ ਨੰਬਰ ਪਲੇਟ ਤੇ ਕਿਸੇ ਇੱਕ ਜਾਂ ਦੋ ਅੰਕਾਂ ਦਾ ਛੋਟਾ ਜਿਹਾ ਸਟicker ਚਪਕਾ ਦਿੰਦੇ ਨੇ ਤਾਂ ਕਿ ਕੈਮਰਾ ਦੇ ਵਿੱਚੋਂ ਉਹਨਾਂ ਦੀ ਵਾਹਨ ਦੀ ਪਛਾਣ ਨਾ ਹੋ ਸਕੇ ਅਤੇ ਵਿਭਾਗ ਅਤੇ ਟ੍ਰੈਫਿਕ ਅਧਿਕਾਰੀ ਉਹਨਾਂ ਨੂੰ ਦੂਰੋਂ ਨਾ ਦੇਖ ਸਕਣ ਇਹ ਨਵਾਂ ਤਰੀਕਾ ਸੂਬੇ ਦੇ ਸਾਰੇ ਸ਼ਹਿਰਾਂ ਵਿੱਚੋਂ ਵਾਹਾਂ ਚਾਲਕਾਂ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਵਿਭਾਗ ਨੇ ਇਸ ਨੂੰ ਰੋਕਣ ਦੇ ਲਈ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਜਿਸ ਤੋਂ ਬਾਅਦ ਅਜਿਹੇ ਵਾਹਨਾਂ 'ਤੇ ਜੁਰਮਾਨਾ ਲਾਉਣ ਦੀ ਵੀ ਮੰਗ ਕੀਤੀ ਹੈ ਅਤੇ ਉਹਨਾਂ ਨੂੰ ਜ਼ਬਤ ਕਰਨ ਲਈ ਵੀ ਕਿਹਾ ਗਿਆ ਹੈ ਵਿਭਾਗ ਨੇ ਸਾਰੇ ਡੀਟੀਓਜ਼ ਅਤੇ ਟ੍ਰੈਫਿਕ ਪੁਲਿਸ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵਾਹਨਾਂ 'ਚ ਅੱਗੇ ਅਤੇ ਪਿੱਛੇ ਨੰਬਰ ਸਾਫ਼-ਸਾਫ਼ ਦਿਖਾਈ ਨਹੀਂ ਦੇ ਰਹੇ ਉਨਾ ਵਾਹਨਾ ਤੇ ਸਖਤੀ ਕੀਤੀ ਜਾਵੇ ਜਿਨ੍ਹਾਂ ਨੇ ਆਪਣੇ ਵਾਹਨ ਅਗੇ ਨੰਬਰ ਨਹੀਂ ਲਿਖ ਰੱਖਿਆ ਉਹਨਾਂ ਦੇ ਵਾਹਨਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ ਵਿਭਾਗ ਨੇ ਅਭਿਆਨ ਚਲਾ ਕੇ ਅਜੇਹੇ ਵਾਹਨਾਂ ਤੇ ਜੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ ਨੇ ਵਿਭਾਗ ਦਾ ਮੰਨਣਾ ਕਿ ਅਪਰਾਧੀ ਅਜੇਹੇ ਵਾਹਨਾਂ ਨਾਲ ਹੀ ਅਪਰਾਧ ਕਰਦੇ ਨੇ ਅਤੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਨੇ ਉਹ ਸਾਰੀਆਂ ਗੱਡੀਆਂ ਤੇ ਪੁਰਾਣੀਆਂ ਨੰਬਰ ਪਲੇਟਾਂ ਨੂੰ ਉਤਾਰ ਕੇ ਨਵੀਆਂ ਨੰਬਰ ਪਲੇਟਾਂ ਲਗਾਉਣ ਲਈ ਕਹ ਆ ਗਿਆ ਹੈ ਯਾਨੀ ਜੇਕਰ ਵਾਹਾਂ ਤੇ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਹੋਈ ਤਾਂ ਜੁਰਮਾਨਾ ਲਗਾਇਆ ਜਾਵੇਗਾ ਹੁਣ ਆਨਲਾਈਨ ਚਲਾਨ ਤੋਂ ਬਚਣ ਦੇ ਲਈ ਵਾਹਾਂ ਚਾਲਕਾਂ ਦੇ ਵੱਲੋਂ ਨਵੇਂ-ਨਵੇਂ ਉਜਗਾਰ ਲਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਇਹ ਚਲਾਨ ਸ਼ੁਰੂ ਕੀਤੇ ਗਏ ਨੇ ਜਗ੍ਹਾ-ਜਗ੍ਹਾ ਤੇ ਉੱਤੇ ਕੈਮਰੇ ਲਗਾਏ ਗਏ ਨੇ ਉੱਥੇ ਹੀ ਵਾਹਾਂ ਚਾਲਕਾਂ ਦੇ ਵੱਲੋਂ ਵੀ ਨਵੀਆਂ ਸਕੀਮਾਂ ਲਗਾਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਨਵੇਂ-ਨਵੇਂ ਵਾਹਾਂ ਚਾਲਕ ਉਜਗਾਰ ਲਗਾ ਰਹੇ ਨੇ ਤਾਂ ਜੋ ਉਹਨਾਂ ਦੇ ਇਹ ਚਲਾਨ ਕੱਬ ਤੱਕ ਨਾ ਪਹੁੰਚ ਤੁਹਾਨੂੰ ਦੱਸਦੀ ਹੈ ਕਿ ਬਿਹਾਰ ਵਿੱਚ ਸੜਕ ਹਾਦਸਿਆਂ ਦੇ ਚਲਦੇ ਲਗਾਤਾਰ ਮਾਮਲੇ ਵਧਦੇ ਹੋਏ ਨਜ਼ਰ ਆ ਰਹੇ ਸੀ ਜਿਸ ਨੂੰ ਘਟਾਉਣ ਦੇ ਲਈ ਵਿਭਾਗ ਦੇ ਵੱਲੋਂ ਖਤਰਨਾਕ ਥਾਵਾਂ ਤਾਂ ਨਿਰੀਖਣ ਕਰਨ ਤੋਂ ਬਾਅਦ NH ਅਤੇ SH ਅਤੇ ਪਿੰਡੂ ਸੜਕਾਂ ਤੇ ਇੱਕ ਤੋਂ 10 ਕਿਲੋਮੀਟਰ ਤੱਕ ਆਟੋਮੈਟਿਕ ਕੈਮਰਾ ਲਗਾਏ ਜਾ ਰਹੇ ਹਨ ਪਰ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਸੜਕ ਸੁਰੱਖਿਆ ਦੀ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਆਪਣੀ ਵਾਹਨਾਂ ਦੀ ਨੰਬਰ ਪਲੇਟ ਤੇ ਕਿਸੇ ਇੱਕ ਜਾਂ ਦੋ ਅੰਕਾਂ ਦਾ ਛੋਟਾ ਜਿਹਾ ਸਟਿੱਕਰ ਚਪਕਾ ਦਿੰਦੇ ਨੇ ਤਾਂ ਕਿ ਕੈਮਰਾ ਦੇ ਵਿੱਚ ਉਹਨਾਂ ਦੀ ਵਾਹਨ ਦੀ ਪਛਾਣ ਨਾ ਹੋ ਸਕੇ ਅਤੇ ਵਿਭਾਗ ਅਤੇ ਟ੍ਰੈਫਿਕ ਅਧਿਕਾਰੀ ਉਹਨਾਂ ਨੂੰ ਦੂਰੋਂ ਨਾ ਦੇਖ ਸਕਣ ਇਹ ਨਵਾਂ ਤਰੀਕਾ ਸੂਬੇ ਦੇ ਸਾਰੇ ਸ਼ਹਿਰਾਂ ਵਿੱਚੋਂ ਵਾਹਨ ਚਾਲਕਾਂ ਦੇ ਵੱਲੋਂ ਵਰਤਿਆ ਜਾ ਰਿਹਾ ਹੈ। ਵਿਭਾਗ ਨੇ ਇਸ ਨੂੰ ਰੋਕਣ ਦੇ ਲਈ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ। ਜਿਸ ਤੋਂ ਬਾਅਦ ਅਜਿਹੇ ਵਾਹਨਾਂ 'ਤੇ ਜੁਰਮਾਨਾ ਲਾਉਣ ਦੀ ਵਿਮੰਗ ਕੀਤੀ ਆ ਅਤੇ ਉਹਨਾਂ ਨੂੰ ਜ਼ਬਤ ਕਰਨ ਲਈ ਵੀ ਕਿਹਾ ਗਿਆ ਹੈ। ਵਿਭਾਗ ਨੇ ਸਾਰੇ GTOS ਅਤੇ ਟ੍ਰੈਫਿਕ ਪੁਲਿਸ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵਾਹਨਾਂ 'ਚ ਅੱਗੇ ਅਤੇ ਪਿੱਛੇ ਨੰਬਰ ਸਾਫ਼-ਸਾਫ਼ ਦਿਖਾਈ ਨਹੀਂ ਦੇ ਰਹੇ ਉਨ੍ਹਾਂ ਵਾਹਨਾਂ ਤੇ ਸਖਤੀ ਕੀਤੀ ਜਾਵੇ ਜਿਨ੍ਹਾਂ ਨੇ ਆਪਣੇ ਵਾਹਨ ਅਗੇ ਨੰਬਰ ਨਹੀਂ ਲਿਖ ਰੱਖਿਆ ਉਹਨਾਂ ਦੇ ਵਾਹਨਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ ਵਿਭਾਗ ਨੇ ਅਭਿਆਨ ਚਲਾ ਕੇ ਅਜੇਹੇ ਵਾਹਨਾਂ ਤੇ ਜੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ ਨੇ ਵਿਭਾਗ ਦਾ ਮੰਨਣਾ ਕਿ ਅਪਰਾਧੀ ਅਜੇਹੇ ਵਾਹਨਾਂ ਨਾਲ ਹੀ ਅਪਰਾਧ ਕਰਦੇ ਨੇ ਅਤੇ ਕੱਢਣਾਵਾਂ ਨੂੰ ਅੰਜਾਮ ਦਿੰਦੇ ਨੇ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਨੇ ਉਹ ਸਾਰੀਆਂ ਗੱਡੀਆਂ ਤੇ ਪੁਰਾਣੀਆਂ ਨੰਬਰ ਪਲੇਟਾਂ ਨੂੰ ਉਤਾਰ ਕੇ ਨਵੀਆਂ ਨੰਬਰ ਪਲੇਟਾਂ ਲਗਾਉਣ ਲਈ ਕਿਹਾ ਗਿਆ ਹੈ ਯਾਨੀ ਜੇਕਰ ਵਾਹਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੋਈ ਤਾਂ ਜੁਰਮਾਨਾ ਲਗਾਇਆ ਜਾਵੇਗਾ